ਉਹ ਮਜ਼ੇ ਸੇ ਉਹਨਾਂ ਨੂੰ ਟੋਲ ਇੱਥੇ ਕੱਟ ਦੇਣਗੇ ਪਿੱਛੇ ਕੱਟ ਜਾਓ। ਮੇਰਾ ਬੇਟਾ ਜੀ ਮੈਂ ਭੇਜਿਆ ਜੀ ਸਮਾਨ ਲੈਣ ਵਾਸਤੇ ਸੌਦਾ, ਇਹ 7 ਵਜੇ ਗਿਆ ਜੀ। ਮੈਂ ਚੱਲ ਮੈਂ ਘਰਦਿਆਂ ਨਾਲ ਇੱਧਰ ਉੱਧਰ ਲੰਘਿਆ ਹੋਵੇ ਜੀ, ਮੈਂ ਬਾਹਰ ਲਿਭਣ ਆਇਆ ਕਿਤੇ ਨਹੀਂ ਲਿਭਿਆ ਜੀ। 9 ਵਜੇ ਘਰ ਆ ਕੇ ਬੜਿਆ ਜੀ ਮੁੰਡਾ ਮੇਰਾ, ਬੜਿਆ ਜੀ ਇਹਦੀ ਅੱਖਾਂ ਲਾਲ ਹੋਈ ਆ ਪਈ ਆ ਜੀ, ਰੋਣ ਲੱਗਿਆ ਪਿਆ ਸੀਗਾ। ਕੋਟੀ ਅਤੇ ਆਪਣਾ ਵਗੈਰਾ ਸਾਰਾ ਕੱਪੜੇ ਲਿਬੜੇ ਹੋਏ ਜੀ ਗੋਹੇ ਗੂਹੇ ਨਾਲ, ਜਮੀ ਮਿੱਟੀ 'ਚ ਉਹ ਕੀਤਾ ਹੋਇਆ ਸੀ। ਇਹਨੇ ਮੈਂ ਰੋਂਦੇ ਨੂੰ ਦੱਸਿਆ ਜੀ ਪਾਪਾ ਮੇਰੇ ਨਾਲ ਐਂ ਕਰਕੇ ਆ, 2 ਮੁੰਡੇ ਨੇ ਉਹ ਕਰ ਰਹੇ ਸੀਗੇ। ਫਿਰ ਅਸੀਂ ਜੀ ਬਾਹਰ ਨੂੰ ਆਏ, ਉਹ ਦੂਜਾ ਮੁੰਡਾ ਜਿਹਨੇ ਛਡਾਇਆ ਹੋਊਗਾ ਜੀ ਇਹਨੇ, ਉਹ ਮੈਨੂੰ ਮਿਲ ਗਿਆ ਜੀ। ਮੈਂ ਤੂੰ ਗਲਤ ਕੰਮ ਕਰ ਰਿਹਾ, ਕਹਿੰਦਾ ਵੀਰੇ ਮੈਂ ਨਹੀਂ ਸੀਗਾ, ਕਹਿੰਦਾ ਦੂਜਾ ਮੁੰਡਾ ਸੀਗਾ, ਛਾਦੀ ਦਾ ਮੁੰਡਾ ਜੀ, ਟਿੱਡਾ ਨਾਮ ਆ ਉਹਦਾ। ਹਾਂ ਜੀ, ਤਾਂ ਉਹਨੇ ਕੀਤਾ ਜੀ, ਕਹਿੰਦਾ ਮੈਂ ਗਿਆ ਉੱਥੇ ਪੈੱਗ ਲਾ ਰਹੇ ਸੀਗੇ, ਜਾਂ ਮੈਂ ਇਹਨਾਂ ਦੀ ਚੀਕਾਂ ਸੁਣੀ ਜੀ, ਕਹਿੰਦਾ ਮੈਂ ਭੱਜ ਕੇ ਗਿਆ ਮੁੰਡੇ ਕੋਲੇ। ਜਦ ਦੇਖਿਆ ਜੀ ਉਹ ਮੁੰਡੇ ਨਾਲ ਗਲਤ ਕੰਮ ਕਰ ਰਹੇ, ਕਹਿੰਦਾ ਉਹ ਭੱਜ ਗਿਆ ਮੈਨੂੰ ਦੇਖ ਕੇ, ਅਤੇ ਇਹਨੂੰ ਮੈਂ ਘਰੇ ਭੇਜਿਆ ਜੀ, ਕਹਿੰਦਾ ਨਾਲ ਦੀ ਨਾਲ। ਅਤੇ ਮੁੰਡੇ ਘਰੇ ਆ ਕੇ ਮੈਨੂੰ ਸਾਰੀ ਗੱਲਬਾਤ ਹੋਈ ਦੱਸੀ। ਉਸ ਤੋਂ ਬਾਅਦ ਜੀ ਅਸੀਂ ਰਿਪੋਰਟ ਲਿਖਾਈ ਉੱਥੇ ਜਾ ਕੇ ਜੀ, ਫੈਸਲਾ ਸਾਨੂੰ ਵਧੀਆ ਚਾਹੀਦਾ ਜੀ, ਸਾਡਾ ਬੱਚੇ ਨੂੰ ਕੱਲ੍ਹ ਘਲਾਉਣ ਨੂੰ ਕੋਈ ਹੋ ਜਾਂਦਾ ਕੁਛ ਜੀ, ਕੌਣ ਜ਼ਿੰਮੇਵਾਰ ਸੀ? 7 ਸਾਲ ਦਾ ਬੱਚਾ, 8 ਸਾਲ ਦਾ, ਇਕੱਲਾ ਇਕੱਲਾ ਹੀ ਮੁੰਡਾ ਹੈ ਮੇਰਾ, ਮਰਨ ਵਾਲਾ ਕੀਤਾ ਵੀ, ਸਾਰੀ ਰਿਪੋਰਟਾਂ ਸਾਰਾ ਕੁਛ ਹੋਇਆ ਗਾ ਜੀ, ਵੀ ਕਿੱਥੇ ਸਾਹ ਚੜਿਆ ਹੋਇਆ ਸੀ, ਕਿੰਨਾ BP ਚੱਲ ਰਿਹਾ ਸੀਗਾ, ਕਿੰਨਾ ਉਹ ਸੀਗਾ ਜੀ, ਸਾਰਾ ਕੁਛ ਰਿਪੋਰਟਾਂ ਦੇ ਵਿੱਚ ਆਇਆ ਪਿਆ ਜੀ, ਉਹ ਦੇਖ ਸਕਦੇ ਨੇ ਕਿ ਬਸ। ਸਾਨੂੰ ਹੋਰ ਕੁਛ ਨਹੀਂ, ਸਾਨੂੰ ਇਨਸਾਫ ਚਾਹੀਦਾ ਜੀ ਬਿਲਕੁਲ। ਮੇਰਾ ਬੇਟਾ ਹੈਗਾ 8 ਸਾਲ ਦਾ ਜੀ, ਦੁਕਾਨ 'ਤੇ ਗਿਆ ਸੀਗਾ ਮੇਰਾ ਬੇਟਾ ਜੀ, ਇਹਨੂੰ ਇੱਕ ਮੁੰਡੇ ਨੇ ਬੁਲਾਇਆ, ਜ਼ਬਰਦਸਤੀ ਕਰਕੇ ਹਸਪਤਾਲ ਦੇ ਵਿੱਚ ਚੱਕ ਕੇ ਲੈ ਗਿਆ ਜੀ, ਉੱਥੇ ਜਾ ਕੇ ਗਲਤ ਕੰਮ ਹੋਏ ਨੇ ਜੀ। ਸਾਨੂੰ ਜਦੋਂ ਬੱਚਾ ਘਰੇ ਆਇਆ ਫਿਰ ਪਤਾ ਲੱਗਿਆ ਜੀ। ਕਰਨ ਕਰਨ ਕਿਹੜੀ ਕਲਾਸ 'ਚ ਪੜ੍ਹਦੇ ਹੋ? ਤੀਸਰੀ। ਤੇ ਕੀ ਹੋਇਆ ਸੀ ਤੁਹਾਡੇ ਨਾਲ? ਹਣਾ ਇੱਕ ਹਣਾ ਮੁੰਡਾ ਸੀਗਾ, ਹਣਾ ਦੋ ਹਣਾ ਮੈਂ ਚੱਕ ਕੇ ਲੈ ਗਏ ਹਸਪਤਾਲ 'ਚ। ਅੱਛਾ। ਉਹਨਾਂ ਨੇ ਗੰਦੇ ਕੰਮ ਕੀਤੇ ਸੀ ਮੇਰੇ ਨਾਲ। ਨਾ ਜੀ, ਇੱਕ ਨੇ ਹਣਾ ਛੜਾਤਾ ਸੀ। ਅੱਛਾ। ਹਾਂ ਟਿੱਡਾ। ਤੁਸੀਂ ਜਾਣਦੇ ਹੋ? ਮਿਤੀ 20/12/2018 ਨੂੰ ਇੱਕ 7 ਸਾਲ ਦਾ ਬੱਚਾ ਸੀਗਾ ਬੋੜਾ ਗੇਟ ਨਾਭੇ ਦਾ, ਕਰਨ ਕੁਮਾਰ, ਉਹਦੀ ਉਮਰ ਹੈ 7 ਸਾਲ। ਉਹ ਘਰੋਂ ਆਪਣੇ ਚੀਨੀ ਲੈਣ ਵਾਸਤੇ ਦੁਕਾਨ 'ਤੇ ਗਿਆ ਸੀ। ਜਦੋਂ ਦੁਕਾਨ 'ਤੇ ਚੀਨੀ ਲੈ ਕੇ ਵਾਪਸ ਆਉਣ ਲੱਗਿਆ ਤਾਂ ਉਹਨੂੰ ਰਸਤੇ ਦੇ ਵਿੱਚ ਇੱਕ 27 ਸਾਲ ਦਾ ਲੜਕਾ ਹੈ ਟਿੱਡਾ, ਸੁਨੀਲ ਕੁਮਾਰ ਜੀ ਟਿੱਡਾ, ਧਾਨਕ ਬਸਤੀ ਦਾ ਰਹਿਣ ਵਾਲਾ, ਉਹਨੇ ਚੱਕ ਕੇ ਹੋਸਪਿਟਲ 'ਚ ਬੇਵਾਦ ਜਗ੍ਹਾ ਪਈ ਆ, ਉੱਥੇ ਉਹਦੇ ਨਾਲ ਇੱਕ ਕਰਮ ਕੀਤਾ ਅਤੇ ਉਹਦੇ ਘਰਦਿਆਂ ਨੇ ਉਹਨੂੰ ਅੱਜ ਦਾਖਲ ਕਰਾਇਆ ਅਤੇ ਅੱਜ ਸਾਡੇ ਕੋਲ ਸਟੇਟਮੈਂਟ ਲਿਖਾਈ ਆ, ਉਹਦੀ ਸਟੇਟਮੈਂਟ 'ਤੇ ਅਸੀਂ ਦਰਜ ਕਰਤਾ। ਨਹੀਂ ਜੀ, ਗ੍ਰਿਫਤਾਰ ਜਲਦੀ ਕਰ ਲਾਂਗੇ ਉਹਨੂੰ, ਸਾਨੂੰ ਅੱਜ ਇੰਟੀਮੇਸ਼ਨ ਮਿਲੀ ਆ ਉਹਦੇ ਬਾਰੇ। ਸੁਨੀਲ ਕੁਮਾਰ ਜੀ ਇਸ ਟਿੱਡੇ ਦੇ ਖਿਲਾਫ FIR ਨੰਬਰ 131, ਮਿਤੀ 12/24/2018, ਅੰਡਰ ਸੈਕਸ਼ਨ 377 IPC PS ਕੋਤਵਾਲੀ ਨੰਬਰ ਜਿਹੜਾ ਦਰਜ ਕਰਤਾ। ਜਲਦੀ ਅਸੀਂ ਉਹਨੂੰ ਜਿਹੜਾ ਫੜ ਕੇ ਸਲਾਖਾਂ ਪਿੱਛੇ ਭੇਜਾਂਗੇ।